Sajan de
Sajan desh
ਚੇਤਨਤਾ ਦੀ ਨਿਸ਼ਾਨੀ ਨੇ ਅੱਗੇ ਨਾਲੋਂ ਬੱਚੇ ਤੁਸੀਂ ਕਦੀ ਆਮ ਜ਼ਿੰਦਗੀ 'ਚ ਦੇਖ ਲਿਓ ਉਮਰ ਦੇ ਮੁਤਾਬਕ ਅੱਗੇ ਨਾਲੋਂ ਜ਼ਿਆਦਾ ਚੇਤਾਨੀ ਨੇ ਛੋਟੇ ਛੋਟੇ ਬੱਚੇ ਬਹੁਤ ਕੁਝ ਜਾਣਦੇ ਨੇ ਜਿਹੜੀਆਂ ਗੱਲਾਂ ਅਸੀਂ ਉਸ ਉਮਰ ਵਿੱਚ ਨਹੀਂ ਸਾਂ ਜਾਣਦੇ
कारण क्योंकि ऐसी सवाल नहीं सब करते हैं सन रोक दिता जाता सवाल नहीं करी दे बड़ियां दे सामने नहीं बोल दिता साड़ी जरूरत ही नहीं सी कोई सवाल करिए इसलिए जानते भी कुछ नहीं हम बच्चे सवाल करते हैं सवाल विचों कुछ मिलता है क्योंकि जवाब तो सवाल करन तो बाद ही पैदा होना है मैथमेटिक किताबों देख लो पहला सवाल लिखे होंगे फिर जवाब लिखे होंगे जिथे सवाल कोई नहीं उथे जवाब भी कोई नहीं ते जिथे सवाल जवाब कोई नहीं उथे कदी भी कुछ जानकारी नहीं होती सानू गुरबाणी विच्चों भी कुछ लभण लई सवाल पैदा करने चाहिए सवाल पैदा हो गया उन्हें सानू कुछ देना है और लफ्ज की है साजन दे ਛੱਡੀ ਵੀ ਫਿਰਦੀ ਹੈ ਕਿਤੇ ਮੇਰਾ ਸੱਜਣ ਦੇਖਿਆ ਜੇ ਇਹ ਸਵਾਲ ਹੈ ਗੁਰੂ ਨੇ ਬਾਣੀ ਅੰਦਰ ਵੀ ਇੱਕ ਵਾਰ ਤੁਕ ਆਈ ਸੀ ਕਿ ਮੈਂ ਪੁੱਛ ਰਹੀ ਹਾਂ ਕਿਤੇ ਮੇਰਾ ਰੱਬ ਦੇਖਿਆ ਜੇ ਕਈ ਵਾਰ ਬਾਣੀ ਵਿੱਚ ਐਸੀਆਂ ਚੀਜ਼ਾਂ ਆਈਆਂ ਨੇ ਇੱਕ ਥਾਂ 'ਤੇ ਆਕਾਸ਼ ਦੇ ਉੱਡਣ ਵਾਲੀ ਕੂੰਜ ਨੂੰ ਵੀ ਮੁਖਾਤਬ ਕਰਦੇ ਨੇ ਬਾਗੇ ਕਾਪੜ ਬੋਲੇ ਬਹਿਣ ਲੱਪਾਂ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਬੜੀ ਲੰਬੇ ਲੰਬੇ ਸਫ਼ਰ ਕਰਨੀ ਹੈ ਕੂੰਜਾਂ ਬੜੀਆਂ ਉਡਾਰੀਆਂ ਬੜੀਆਂ ਲੰਬੀਆਂ ਹੁੰਦੀਆਂ ਸੈਂਕੜੇ ਮੀਲਾਂ ਦਾ ਸਫ਼ਰ ਇੱਕੋ ਉਡਾਰੀ ਵਿੱਚ ਕਰ ਜਾਂਦੀਆਂ ਨੇ ਕੁੰਜ ਇਸ ਵਿਸ਼ੇ 'ਤੇ ਬੋਲਦੇ ਆ ਵੀ ਕੁੰਜ ਦੀ ਉਡਾਰੀ ਲੰਬੀ ਕਿਉਂ ਹੁੰਦੀ ਉੱਚੀ ਨਹੀਂ ਪੋਤੀ ਹੁੰਦੀ ਲੰਬੀ ਹੁੰਦੀ ਇੱਕ ਪਾਸੇ ਕੁੰਜ ਦੀ ਉਡਾਰੀ ਹੈ ਇੱਕ ਪਾਸੇ ਇਲ ਦੀ ਉਡਾਰੀ ਹੈ ਇਲ ਵੀ ਬੜੀ ਦੇਰ ਉੱਡ ਸਕਦੀ ਹੈ ਪਰ ਉਹਦੀ ਉਡਾਰੀ ਲੰਬੀ ਨਹੀਂ ਹੁੰਦੀ ਜਿੱਥੇ ਉੱਡੇਗੀ ਉੱਥੇ ਉੱਡਦੀ ਰਹੇਗੀ ਕਿਉਂ ਕਿਉਂਕਿ ਉਹਦੀ ਨਿਗਾਹ ਥੱਲੇ ਹੁੰਦੀ ਹੈ ਮੇਰੀ ਖੁਰਾਕ ਕਿੱਥੇ ਮਿਲੇ ਗੁਰਬਾਣੀ ਨੇ ਲਿਖਿਆ ਉਹ ਥੱਲੇ ਦੇਖਦੀ ਹੈ ਮਾਸ ਦਾ ਟੁਕੜਾ ਕਿੱਥੇ ਹੈ ਕੂੰਜ ਨੇ ਕੂੰਜ ਦੀ ਬੜੀ ਲੰਬੀ ਉਡਾਰੀ ਤੇ ਇਸੇ ਲਈ ਉਹਨੂੰ ਮੁਖਾਤਬ ਕਰਕੇ ਇੱਕ ਸਵਾਲ ਜਿਹਾ ਪੈਦਾ ਕੀਤਾ ਨੇ ਤੇ ਕਹਿੰਦੇ ਨੇ ਤੂੰ ਜਿਹੜੀਆਂ ਬੜੀਆਂ ਲੰਬੀਆਂ ਉਡਾਰੀਆਂ ਨੇ ਤੂੰ ਬੜੀ ਦੂਰ ਦੂਰ ਤੱਕ ਜਾਣੀ ਕਿ
ਕਿਤੇ ਫਿਰਦਿਆਂ ਫਿਰਾਂਦਿਆਂ ਉੱਡਦਿਆਂ ਪਹਾੜਾਂ 'ਤੇ ਜੰਗਲਾਂ ਦੀਆਂ ਬਾਨਾਂ ਤੋਂ ਲੰਘਦੀਆਂ ਕਿਤੇ ਮੇਰਾ ਰੱਬ ਵੇਖਿਆ ਹੀ ਕਿਤੇ ਵੇਖਿਆ ਹੀ ਉੱਡਾ ਉੱਡ ਚੜਾ ਸਮਾਨ ਸਾਹਿਬ ਸਮਰੱਥ ਤੇਰੇ ਤਾਂ ਦੂਗਰ ਥਾਵਾਂ 'ਤੇ ਥਲਾਂ ਵਿੱਚ ਸਭ ਥਾਂ 'ਤੇ ਦੇਖੇ ਹੁਣ ਇੱਥੇ ਵੀ ਉਹ ਸਵਾਲ ਮਨੁੱਖ ਨੂੰ ਕਿੱਡਾ ਭੁਲੇਖਾ ਹੈ ਕਹਿੰਦੇ ਮੇਰਾ ਰੱਬ ਅੰਦਰ ਵੱਸਦਾ ਇਹ ਵੀ ਮੰਨਦਾ ਅਕਸਰ ਜਿਹੜੇ ਰੱਬ ਪ੍ਰਸਤ ਲੋਕ ਨੇ ਸਤਸੰਗ ਵਿੱਚ ਬੈਠਣ ਵਾਲੇ ਨੇ ਗੁਰਬਾਣੀ ਗੁਰਮਤੀ ਗੱਲ ਸੁਣਨ ਵਾਲੇ ਨੇ ਇਹ ਨਹੀਂ ਤਾਂ ਗੱਲ ਵਾਰ ਵਾਰ ਕੰਨਾਂ 'ਚ ਪੈਂਦੀ ਹੈ ਰੱਬ ਤੇਰੇ ਅੰਦਰ ਵੱਸਦਾ ਜੰਗਲ ਜੰਗਲ ਕਿਆ ਬਣੇ ਵਣਕੰਡਾ ਮੋੜੇ ਬਸੀ ਰੱਬ ਹਿਆ ਲਈਏ ਜੰਗਲ ਕਿਆ ਢੂੰਡੇ ਲੋ ਇੱਕ ਮਸੀਤ ਬਸਦਾ ਹੈ ਗੁਰੂ ਕਿਸ ਤੇਰਾ ਰੋਜ਼ ਸਵਾਲ ਹੁੰਦੇ ਤਾਂ ਕਿ ਰੋਜ਼ ਇਹ ਗੱਲਾਂ ਸੁਣਨ ਵਾਲੇ ਰੱਬ ਨੂੰ ਅੰਦਰੋਂ ਭਾਲਦੇ ਨੇ ਅਸੀਂ ਇੰਨੀ ਗੱਲ ਸੁਣ ਲੈਂਦੇ ਹਾਂ ਸਮਝ ਲੈਂਦੇ ਹਾਂ ਪਤਾ ਵੀ ਸਾਨੂੰ ਰੱਬ ਅੰਦਰ ਵੱਸਦਾ ਉਹ ਮੇਰੇ ਅੰਦਰ ਵੱਸਦਾ ਅਤੇ ਜੇ ਮੈਂ ਉਹਦੇ ਅੱਗੇ ਕੋਈ ਅਰਦਾਸ ਕਰਨੀ ਹੋਵੇ ਗ੍ਰੰਥੀ ਨੂੰ ਕਹਿੰਦੇ ਤੂੰ ਕਰ ਹੈ ਮੇਰੇ ਅੰਦਰ ਵੱਸਦਾ ਅਤੇ ਤੂੰ ਉਹਦੇ ਉਹਦੀ ਗੱਲ ਤੂੰ ਉਹਦੇ ਕੋਲ ਗੱਲ ਤੂੰ ਪਹੁੰਚਾਉਂਦੇ ਕਿਹੜੀ ਅਜੀਬ ਗੱਲ ਹੈ ਜਿਹੜੇ ਅਸੀਂ ਜ਼ਿੰਦਗੀ ਵਿੱਚ ਦੂਰ ਕਰਨੇ ਨੇ ਬਾਣੀ ਵਿੱਚ ਰੱਬ ਮੇਰੇ ਅੰਦਰ ਵੱਸਦਾ ਅਤੇ ਮੈਂ ਹੀ ਗੁਰਦੁਆਰੇ ਗਿਆ ਮੈਂ ਹੀ ਠਾਕਰ ਦੁਆਰੇ ਗਿਆ ਮੈਂ ਹੀ ਤੀਰਥਾਂ 'ਤੇ ਇਸ਼ਨਾਨ ਕਰਨ ਗਿਆ ਕਿਉਂ ਗਿਆ ਰੱਬ ਖੁਸ਼ ਹੋ ਗਿਆ ਉੱਥੋਂ ਦਾ ਰੱਬ ਖੁਸ਼ ਹੋਵੇਗਾ ਜਿਹੜਾ ਤੇਰੇ ਅੰਦਰ ਵੱਸਦਾ ਉਹਦੇ ਨਾਲ ਤਾਂ ਤੇਰਾ ਤਾਂ ਨਹੀਂ ਉਹ ਜਿਹੜਾ ਤੀਰਥ ਵੱਸਦਾ ਉਹਨੂੰ ਖੁਸ਼ ਕਰਨ ਚੱਲੇ ਹੈ ਠੀਕ ਹੈ ਵੀ ਉੱਥੇ ਵੀ ਵੱਸਦਾ ਮੰਨ ਲਓ ਥਾਂ ਕੋਈ ਵੀ ਖਾਲੀ ਨਹੀਂ ਜਿੱਥੇ ਨਹੀਂ ਵੱਸਦਾ ਗੁਰਦੁਆਰੇ ਦੇ ਰੱਬ ਨੂੰ ਆਉਣਗੇ ਜਿਹੜਾ ਤੇਰੇ ਅੰਦਰ ਬੈਠਾ ਉਹਦੇ ਨਾਲ ਤੇਰਾ ਕੋਈ ਤਲਕ ਨਹੀਂ ਮਸਲਾ ਤਾਂ ਗੁਰੂ ਨੇ ਸਵਾਲ ਖੜਾ ਕੀਤਾ ਕਹਿੰਦੇ ਸਾਜਨ ਦੇਸ ਕਹਿਣ ਲੱਗੇ ਮੈਂ ਜੀਵ ਆਤਮਾ ਦੇ ਪਰਮ ਨੂੰ ਭੁਲੇਖੇ ਨੂੰ ਵੇਖ ਕੇ ਹੈਰਾਨ ਹਾਂ ਰੱਬ ਸੱਜਣ ਉਹਦੇ ਦੇਸ਼ ਵਿੱਚ ਹੈ ਆਪਣੇ ਘਰ ਵਿੱਚ ਹੈ ਅਤੇ ਉਹ ਵਿਦੇਸ਼ੀ ਜਿਹੜੇ ਸੁਨੇੜੇ ਵਿਦੇਸ਼ਾਂ ਨੂੰ ਸੁਨੇਹੇ ਪਈ ਭੇਜਦੀ ਹੈ ਮੈਨੂੰ ਮਿਲ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਕਿਵੇਂ ਮਿਲਾਂ ਕਿੱਥੋਂ ਮਿਲਾਂ ਰਾਹ ਬੜੇ ਔਖੇ ਨੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਪਾਈਏ ਫਿਰ ਕਿਉਂ ਕਰ ਬਿਨਾਂ ਪਿਆਰੇ ਕਿਉਂ ਪਾਈਏ ਫਿਰ ਮਾਰੇ ਕਿਤੇ ਇਹ ਗੱਲ ਕਹਿੰਦੇ ਜੈ ਦੁਸਖਰ ਛਤਰ ਮੇਘ ਘਟਾ ਘਟ ਦਮਨ ਚਮਕ ਡਰਾਇਓ ਹਰ ਪਾਸੇ ਬੱਦਲ ਛਾਏ ਹੋਏ ਕਾਲੇ ਬੱਦਲ ਕਾਲੀਆਂ ਘਟਾ ਨਾ ਨਿਪਟ ਵਾਲੀ ਪਲ ਪਲ ਦੀ ਚੱਕਾ ਚੌਂਦ ਕਰਨ ਵਾਲੀ ਦਮਨੀ ਜਿਹੜੀ ਬੱਦਲਾਂ ਵਿੱਚ ਚਮਕਦੀ ਜੇ ਉਹਦੇ ਨਾਲ ਸੰਬੰਧ ਹੋਵੇ ਮਨੁੱਖ ਦਾ
ਗੱਲ ਵਿੱਚੋਂ ਸਵਾਲ ਨੇ। ਜੇ ਉਹ ਕੁਝ ਸਵਾਰ ਸਕਦੀ ਹੋਵੇ ਮਨੁੱਖ ਦਾ, ਜੇ ਉਹ ਮਨੁੱਖ ਦੇ ਜੀਵਨ ਨੂੰ ਰਾਹ ਦਿਖਾ ਸਕਦੀ ਹੋਵੇ ਤਾਂ ਫਿਰ ਲਾਈਟਾਂ ਦੀ ਕੀ ਲੋੜ ਸੀ। ਪਰ ਉਹ ਤਾਂ ਕੇਵਲ ਤੇਰੀਆਂ ਅੱਖਾਂ ਨੂੰ ਚਕਾ ਚੌਂਦ ਕਰਨ ਵਾਸਤੇ, ਆਪਣਾ ਆਪ ਦਿਖਾਉਣ ਲਈ ਆਉਂਦੀ ਹੈ। ਜਦੋਂ ਤੱਕ ਤੈਨੂੰ ਪਤਾ ਲੱਗਦਾ ਹੈ ਨਾ ਦਮ ਨਹੀਂ ਚੌਂਕੀ ਹੈ, ਬੁੱਝ ਜਾਂਦੀ ਹੈ, ਤੇਰਾ ਕੁਝ ਨਹੀਂ ਸਵਾਰ, ਕੇਵਲ ਡਰਾਉਂਦੀ ਹੈ। ਚਾਨਣ ਵਿੱਚ ਡਰ, ਅੰਧੇਰੇ ਵਿੱਚ ਤਾਂ ਲੋਕ ਡਰਦੇ ਸਨ, ਚਾਨਣ ਵਿੱਚ ਡਰ। ਜਦੋਂ ਬਹੁਤੀ ਬਿਜਲੀ ਚਮਕੇ ਨਾ ਤੇ ਮਨੁੱਖ ਇਕੱਲਾ ਹੋਵੇ ਡਰਦਾ ਹੈ, ਕਿੱਡੀ ਅਜੀਬ ਗੱਲ ਹੈ। ਅੱਗੇ ਤਾਂ ਲੋਕ ਅੰਧੇਰੇ ਤੋਂ ਡਰਦੇ ਸਨ, ਹੁਣ ਚਾਨਣ ਤੋਂ ਵੀ ਡਰਦੇ ਨੇ। ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ, ਵੈਦ ਛਤਰ ਮੇਘ ਘਟਾ ਘਟ, ਦਮਨ ਚਮਕ ਡਰਾਇਓ ਕਾਲੀਆਂ ਘਟਾ। ਤੇ ਦਮਨੀ ਬਿਜਲੀ ਚਮਕਦੀ ਹੈ, ਉਹ ਮੈਨੂੰ ਡਰਾਉਂਦੀ, ਕਿਉਂ? ਅਗਲੀ ਲਾਈਨ ਅੰਦਰ ਸਪਸ਼ਟ ਕੀਤਾ ਹੈ, ਕਹਿੰਦੇ ਦੁਆਰੇ ਭੋਣਾ ਚਾਹਨਾ ਸੀ ਗੁਰਬਾਣੀ ਦੀ ਰੋਸ਼ਨੀ ਵਿੱਚ। ਜੇ ਸੱਜਣ ਦੇਸ ਹੈ, ਜੇ ਤੇਰੇ ਅੰਦਰ ਫਿਰ ਅਕੇਲੀ ਕਿਵੇਂ ਹੋਈ? ਨਾਲ ਨਾਲ ਸੋਚਣਾ, ਜੇ ਰੱਬ ਮੇਰੇ ਅੰਦਰ ਹੈ ਤਾਂ ਫਿਰ ਸਹਿਜ ਅਕੇਲੀ ਕਿਵੇਂ ਹੋਈ? ਦੋ ਚੀਜ਼ਾਂ ਬਿਲਕੁਲ ਵੱਖਰੀਆਂ ਨੇ। ਇੱਕ ਗੱਲ ਕੀਤੀ ਸੀ ਬੁੱਲੇ ਨੇ, ਬੜੀ ਖੂਬਸੂਰਤ ਆਖੀ ਗੱਲ ਆਖੀ, ਬੁੱਲਾ ਨਾ ਇਕੱਲਾ ਬੁੱਲੇ ਨਾ ਰਲਦਾ, ਬੁੱਲਾ ਕਦੀ ਇਕੱਲਾ ਨਹੀਂ ਰਹਿੰਦਾ, ਕਿਉਂਕਿ ਮੈਂ ਜਿੱਥੇ ਜਾਣਾ ਉੱਥੇ ਮੇਰੇ ਨਾਲ ਅੱਲਾ ਮੇਰਾ ਖੁਦਾ ਮੇਰੇ ਨਾਲ ਜਾਂਦਾ ਹੈ। ਤੂੰ ਸਭਨੀ ਥਾਂ ਜਿੱਥੇ ਹੋ ਜਾਣੀ ਬੁੱਲੇ ਨਾ ਰਹਿੰਦਾ, ਰੱਬ ਨਾਲ। ਹੁਣ ਮਸਲਾ ਇਹ ਵੀ ਜੇ ਤੈਨੂੰ ਵਿਸ਼ਵਾਸ ਹੋਵੇ ਰੱਬ ਅੰਦਰ ਹੈ, ਤੂੰ ਰੋਜ਼ ਸੁਣ ਰਿਹਾ, ਮਾਲਕ ਮੇਰੇ ਕੋਲ ਹੈ, ਤੇ ਫਿਰ ਸਹਿਜ ਅਕੇਲੀ ਕਿਉਂ? ਫਿਰ ਇਹ ਕਿਉਂ ਆਖੇ ਸੁਣਨਾ ਹਾਂ ਪ੍ਰਭ ਜੀਓ? ਇਹ ਤਾਂ ਗੱਲ ਉਲਟ ਹੋ ਗਈ। ਹੇ ਪ੍ਰਭੂ ਨਾ ਪ੍ਰੀਤਮ, ਮੇਰੀ ਬੇਨਤੀ ਸੁਣ। ਕੀ ਬੇਨਤੀ ਹੈ ਜੀ? ਇਕੱਲੜੀ ਬਣਵਾ ਹੈ, ਬਣ ਵਿੱਚ ਇਕੱਲੀ ਹੈ, ਜੰਗਲ ਵਿੱਚ ਆ ਜਿੱਦਾਂ ਡਰ ਹੈ ਖੂਨ ਹਰ ਜਾਨਵਰ ਨੇ, ਤੇ ਹਾਂ ਇਕੱਲੀ ਕੋਈ ਸਾਥੀ ਨਹੀਂ, ਸੰਗ ਸਾਥੀ ਗਵਨਾ ਕਹਿਲਾ। ਗੁਰੂ ਕਹਿਣ ਲੱਗੇ, ਵੇਦਣ ਖੂਹੀ ਮੁੰਦ ਅਕੇਲੀ, ਵੇਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਤੇ ਕਿਹੜੀ ਅਜੀਬ ਗੱਲ ਹੈ, ਅੱਗੇ ਨਾਲ ਹੀ ਕਹਿ ਦਿੱਤਾ, ਕਰ ਕਿਰਪਾ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਬਾਣੀ ਅੰਦਰ ਕੋਈ ਚੀਜ਼ ਤਾਂ ਐਸੀ ਨਹੀਂ ਜਿਹਦਾ ਜਵਾਬ ਨਾ ਹੋਵੇ। ਕਹਿਣ ਲੱਗੇ ਮਤ ਕਿਤੇ ਇਕੱਲਾ ਸਮਝ ਲੈ, ਓਨੀ ਦੇਰ ਹੀ ਇਕੱਲਾ ਹੈ ਜਿੰਨੀ ਦੇਰ ਸਾਧ ਸੰਗ ਮੇਲੀ ਨਹੀਂ। ਸਾਧ ਸੰਗਤ ਬੈਠਦਾ ਗੁਰਬਾਣੀ ਪੜ੍ਹਦਾ ਜਪਦਾ ਸਮਝਦਾ ਵੀ ਤੂੰ ਸਮਝੇ ਰੱਬ ਮੇਰੇ ਨੇੜੇ ਨਹੀਂ। ਆ ਜਿੰਨੇ ਗੁਨਾ ਹੁੰਦੇ ਨੇ ਨਾ ਉਦੋਂ ਵੀ ਹੁੰਦੇ ਨੇ ਜਦੋਂ ਰੱਬ ਨੇੜੇ ਨਹੀਂ, ਫਿਰ ਤੂੰ ਇਕੱਲਾ ਰਹਿ ਜਾਣਾ। ਤੇ ਜਦੋਂ ਤੂੰ ਇਕੱਲਾ ਰਹਿ ਜਾਣਾ ਫਿਰ ਦਮਨੀ ਚਮਤਕਾਰ ਵੀ ਤੈਨੂੰ ਡਰਾਉਂਦੇ ਨੇ, ਰੋਸ਼ਨੀ ਤੋਂ ਵੀ ਤੈਨੂੰ ਡਰ ਲੱਗਦਾ। ਫਰਕ ਪੈ ਜਾਂਦਾ, ਕਰ ਕਿਰਪਾ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਉਹ ਬੇਲੀ। ਹੁਣ ਇੱਥੇ ਮਸਲਾ ਇਹ ਹੈ ਕਿ ਅੰਦਰ ਦਾ ਪ੍ਰਭੂ ਜਿਹੜਾ, ਜੇ ਅਸੀਂ ਅੰਦਰ ਮੰਨ ਲਈਏ ਤੇ ਫਿਰ ਨਾਲ ਨਾਲ ਸਾਨੂੰ ਸੋਚਣਾ ਪਏਗਾ ਗੁਰਬਾਣੀ ਤੇ ਗਲਤ ਹੈ ਨਹੀਂ,
ਗੁਰਬਾਣੀ ਇਹ ਵੀ ਆਖਰੀ ਰੱਬ ਤੇਰੇ ਅੰਦਰ ਵਸਦਾ ਸਾਜਣ ਦੇ ਤੇ ਗੁਰਬਾਣੀ ਇਹ ਵੀ ਕਹਿ ਰਹੀ ਮਾਰਗ ਪੰਥ ਨਾ ਜਾਣੋ ਵਿਖੜਾ ਇਹਦਾ ਮਤਲਬ ਅੰਦਰ ਕੋਈ ਰਸਤੇ ਵੀ ਨਹੀਂ ਅੰਦਰ ਹੈ ਅੰਦਰ ਕੋਈ ਰਸਤੇ ਵੀ ਨਹੀਂ ਫਿਰ ਇਹ ਵੀ ਕਹਿ ਰਹੀ ਹੈ ਦੈਦੇ ਛਤਰ ਮੇ ਘਟਾ ਘਟ ਦਾਮਨ ਚਮਕ ਡਰਾਇਓ ਸੇਜ ਆ ਕੇ ਨੀਂਦ ਨਾ ਨੈਣੋ ਫਿਰ ਪ੍ਰਦੇਸ ਸਿਧਾਇਓ ਰੱਬ ਮੇਰੇ ਕੋਲ ਨਹੀਂ ਕਿਉਂ ਨਹੀਂ ਕਿਉਂਕਿ ਅੰਧੇਰਾ ਹੈ ਦਾਮਨੀ ਤੋਂ ਮੈਨੂੰ ਡਰ ਲੱਗਦਾ ਮੇਰੀ ਸੇਜ ਅਕੇਲੀ ਗੁਰਬਾਣੀ ਨੇ ਹਰ ਗੱਲ ਦਾ ਜਵਾਬ ਦਿੱਤਾ ਕਹਿੰਦੇ ਨੇ ਸੇਜ ਏਕ ਪੈ ਮਿਲਨ ਦੁਹਾਈਆ ਸਭ ਤੋਂ ਵੱਡਾ ਦੁੱਖ ਪੈਦਾ ਹੋ ਗਿਆ ਕਿ ਅੰਦਰ ਦੀ ਸੇਜਾ ਤੇ ਬੈਠਾ ਹੋਇਆ ਰੱਬ ਵੀ ਮੈਨੂੰ ਮਿਲਣਾ ਔਖਾ ਹੋ ਗਿਆ ਜਿੱਥੇ ਮਿਲਾਪ ਨਾ ਹੋਵੇ ਉੱਥੇ ਭਾਵੇਂ ਅੰਦਰ ਹੋਵੇ ਇੱਕ ਘਰ ਵਿੱਚ ਵਸਦੇ ਹੋਈਏ ਪਰ ਸਾਡੀ ਸਾਂਝ ਕੋਈ ਨਾ ਹੋਵੇ ਗੁਰੂ ਨੇ ਪਾਣੀ ਵਿੱਚ ਕਹਿ ਦਿੱਤਾ ਕਹਿਣ ਲੱਗਾ ਸੰਗਤ ਵੀ ਇੱਕੋ ਜਿਹੀ ਹੈ ਪਰ ਕੀ ਕਰ ਦੋ ਭਰਾ ਆਪਸ ਵਿੱਚ ਮਿਲ ਨਹੀਂ ਪੈਂਦੇ ਸਾਂਝ ਟੁੱਟ ਗਈ ਕਿਉਂ ਨਹੀਂ ਕਰਦੇ ਕਹਿੰਦੇ ਨੇ ਸਹਿ ਇੱਕ ਵਸਤੂ ਮੈਨੂੰ ਪੰਚ ਦੋਈ ਸਾਰੇ ਔਖੇ ਦੁਖੀ ਰੱਬ ਸਾਰਿਆਂ ਦੇ ਅੰਦਰ ਵਸਦਾ ਇਹ ਮੰਨਦੇ ਨੇ ਪਰ ਸਾਰੇ ਦੁਖੀ ਰੱਬ ਸਾਰਿਆਂ ਵਿੱਚ ਵਸਦਾ ਪਰ ਇੱਕ ਦੂਜੇ ਦੀ ਗੱਲ ਨਹੀਂ ਸੁਣ ਸਕਦੇ ਰੱਬ ਸਾਰਿਆਂ ਵਿੱਚ ਵਸਦਾ ਇੱਕ ਦੂਜੇ ਦੇ ਦੁਆਲੇ ਡੰਗਾ ਚੁੱਕੀ ਫਿਰਦੇ ਰੱਬ ਸਾਰਿਆਂ ਵਿੱਚ ਵਸਦਾ ਜਿਹੜੇ ਚੁੱਕੀ ਫਿਰਦੇ ਨੇ ਉਹਨਾਂ ਕੋਲ ਪੁੱਛੋ ਉਹ ਵੀ ਕਹਿੰਦੇ ਨੇ ਰੱਬ ਸਾਰਿਆਂ ਵਿੱਚ ਵਸਦਾ ਕਿਸੇ ਢੰਗ ਨਾਲ ਉਹ ਨਹੀਂ ਮੈਂ ਦੇਖ ਰਿਹਾ ਸਰ ਬਰਮਾ ਵਿੱਚ ਵੀ ਅੱਜ ਕੱਲ੍ਹ ਕਤਲ ਸ਼ੁਰੂ ਉਹ ਵੀ ਧਰਮ ਦੇ ਨਾਮ ਥੱਲੇ ਹੀ ਹੈ ਹਜ਼ਾਰਾਂ ਆਦਮੀ ਮਾਰੇ ਜਾ ਰਹੇ ਨੇ ਕਤਲ ਕੀਤੇ ਜਾ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਨੇ ਇਸੇ ਸੰਸਾਰ ਵਿੱਚ ਇਸ ਪੜ੍ਹੀ ਲਿਖੀ ਐਡਵਾਂਸ ਦੁਨੀਆਂ ਵਿੱਚ ਉਹਨਾਂ ਕੋਲ ਪੁੱਛ ਕੇ ਵੇਖੋ ਹੁਣ ਬੋਧੀ ਜਿਹੜੇ ਨੇ ਉਹ ਤਾਂ ਹੁਣ ਅਹਿੰਸਾ ਬ੍ਰਹਮ ਪਰਮ ਧਰਮ ਦੇ ਉਪਾਸ਼ਕ ਨੇ ਤੇ ਅਹਿੰਸਾ ਪਰਮ ਧਰਮ ਵਾਲੇ ਤਾਂ ਮੰਨਦੇ ਹੀ ਨੇ ਵੀ ਅੰਦਰ ਰੰਭ ਹੈ ਸਭ ਦੇ ਵਿੱਚ ਰੰਭ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਇਹੋ ਮੈਸੇਜ ਦਿੱਤਾ ਕਈ ਗੱਲਾਂ ਬਹੁਤ ਨੇੜੇ ਦੀਆਂ ਗੁਰੂ ਕਹਿੰਦੇ ਨੇ ਸਭਨਾ ਮਨ ਮਾਨਿਕ ਗੁਰਬਾਣੀ ਨੂੰ ਸਮਝ ਲੈ ਕਹਿੰਦੇ ਨੇ ਹਰ ਇੱਕ ਦੇ ਹਿਰਦਾ ਇੱਕ ਮਾਨਕ ਹੈ ਕੀਮਤੀ ਹੀ ਰਹਿ ਇਹਨੂੰ ਠੋਕਰ ਨਾ ਮਾਰੀ ਟੁੱਟ ਜਾਏਗਾ ਕਿਸੇ ਦਾ ਮਨ ਨਾ ਤੋੜੀ ਕਹਿੰਦੇ ਨੇ ਸਾਰਿਆਂ ਦਾ ਮਨ ਇੱਕ ਕੀਮਤੀ ਹੀ ਰਹਿ ਇਹਨੂੰ ਠੋਕਰ ਨਾ ਮਾਰੀ ਟੁੱਟ ਜਾਏਗਾ ਸਭਨਾ ਮਨ ਮਾਨਕ ਹੈ ਠਾਹਨ ਮੂਲ ਬਚਾਨਵਾ ਜੇ ਤੂੰ ਪ੍ਰਿਆ ਦੀ ਸਿੱਖ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਹਿਆਓ ਨਾ ਠਾਏ ਕਹੀਦਾ ਤਾਂ ਕਿਸੇ ਦਾ ਦਿਲ ਨਾ ਦੁਖਾਈ ਜੇ ਤੂੰ ਪ੍ਰਿਆ ਦੀ ਸਿੱਖ ਹਿਆਓ ਨਾ ਠਾਏ ਕਹੀਦਾ ਕਿਉਂਕਿ ਸਾਰਿਆਂ ਵਿੱਚ ਰੱਬ ਰਹਿੰਦਾ ਪਰ ਕਿੱਡੀ ਅਜੀਬ ਗੱਲ ਹੈ ਸਾਰਿਆਂ ਵਿੱਚ ਰੱਬ ਰਹਿੰਦਾ ਤੇ ਮਨੁੱਖ ਸਾਰੇ ਹੀ ਜਿਹੜੇ ਨੇ ਉਹ ਰੱਬ ਨੂੰ ਭਾਲਦੇ ਫਿਰਦੇ ਨੇ ਸਾਜਣ ਦੇਸ
ਵਧੀਆ ਸੀਰੇ ਸੁਨੇਹੇ ਦੇ ਦਿੱਤੀ। ਹੁਣ ਇਹਦਾ ਮਤਲਬ ਰੱਬ ਅੰਦਰ ਰਹਿੰਦਾ ਹੈ ਤਾਂ ਉਹ ਰਾਹ ਜਿਹੜੇ ਵਿਖੜੇ ਨੇ ਉਹ ਵੀ ਅੰਦਰ ਨੇ, ਕਿਉਂਕਿ ਇਹ ਵੀ ਬਣ ਵਿੱਚ ਆ ਗਿਆ ਮਾਰਗ ਪੰਥ, ਨਾ ਜਾਣੋ ਵਿਖੜਾ ਉਹ ਵੀ ਅੰਦਰ ਹੈ। ਜਿਹੜੀ ਅਗਿਆਨਤਾ ਦੀ ਅੰਧੇਰੀ ਰਾਤ ਹੈ ਉਹ ਵੀ ਅੰਦਰ ਹੈ, ਬਾਹਰ ਤੇ ਹੈ ਨਹੀਂ, ਬਾਹਰ ਤੇ ਆ ਰਾਤ ਚੜ ਪੈਂਦੀ ਹੈ ਦਿਨ ਚੜ ਜਾਂਦਾ। ਇਹ ਜਿਹੜੀ ਬਾਹਰਲੀ ਰਾਤ ਹੈ ਨਾ ਇਹਦੇ ਕੁਝ ਘੰਟਿਆਂ ਦੀ ਹੈ, ਫਿਰ ਮੁੜ ਕੇ ਦਿਨ ਚੜ੍ਹਦਾ ਹੈ। ਪਰ ਜਿਨ੍ਹਾਂ ਦੇ ਅੰਦਰ ਅਗਿਆਨਤਾ ਦੀ ਰਾਤ ਪੈ ਜਾਂਦੀ ਹੈ ਕਦੀ ਦਿਨ ਨਹੀਂ ਚੜ੍ਹਦਾ। ਗੁਰਬਾਣੀ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਦਿਨ ਨਹੀਂ ਚੜ੍ਹ ਗਿਆ। ਮੈਂ ਇੱਕ ਵਾਰ ਕੀਤੀ ਸੀ, ਰਹਿਣ ਸਬਾਈਆਂ ਬੜੀਆਂ ਕੀਤੀਆਂ ਪਰ ਰਹਿਣ ਸਬਾਈ ਕੋਈ ਨਾ ਹੋਈ। ਰਹਿਣ ਸਬਾਈ ਦਾ ਅਰਥ ਕੀ ਹੈ? ਮੈਂ ਅਰਜ਼ ਕੀਤੀ ਸੀ ਰਹਿਣ ਸਬਾਈ ਦਾ ਅਰਥ ਹੀ ਹੈ ਸਾਰੀ ਰਾਤ ਜਦੋਂ ਬੀਤ ਜਾਏ। ਸਬਾਈ ਆਪਾਂ ਉਸ ਨੂੰ ਕਹਿੰਦੇ ਹਾਂ ਜਦੋਂ ਸ਼ਾਮਾਂ ਪੈਂਦੀਆਂ ਨੇ ਕੀਰਤਨ ਸ਼ੁਰੂ ਹੁੰਦਾ, ਜਦੋਂ ਦਿਨ ਚੜ੍ਹਦਾ ਕੀਰਤਨ ਸਮਾਪਤੀ ਹੋ ਜਾਂਦੀ ਹੈ। ਅਤੇ ਜਦੋਂ ਦਿਨ ਚੜ੍ਹੇ ਫਿਰ ਕੀਰਤਨ ਦੇਰ ਤੱਕ ਤਾਂ ਨਹੀਂ ਨਾ ਕਰ ਸਕਦੇ, ਦਿਨ ਚੜ੍ਹ ਗਏ। ਅਤੇ ਮੈਂ ਕਿਹਾ ਰਹਿਣ ਸਬਾਈ ਉਹਨੂੰ ਕਹਿੰਦੇ ਨੇ, ਪਰ ਇੰਨੀਆਂ ਰਹਿਣ ਸਬਾਈਆਂ ਤੋਂ ਬਾਅਦ ਕਦੀ ਇਹਨੇ ਅੰਦਰ ਵਿੱਚ ਹੱਥ ਪਾਈਏ ਮੇਰੇ ਅੰਦਰ ਦਿਨ ਚੜ੍ਹਿਆ ਕਿ ਨਹੀਂ ਚੜ੍ਹਿਆ। ਉੱਥੇ ਤਾਂ ਰਾਤ ਮੁੱਕੀ ਨਹੀਂ, ਆਹ ਰਾਤ ਤਾਂ ਮੁੱਕ ਗਈ, ਕੁਝ ਘੰਟਿਆਂ ਬਾਅਦ ਮੁੱਕ ਗਈ। ਮਨੁੱਖ ਜਾਗ ਪਿਆ, ਆਪਣੇ ਆਹਾਰ ਪਛਾਣ ਲਏ, ਕੰਮ ਲੰਘ ਗਿਆ। ਪਰ ਜਿਹੜੀ ਅੰਦਰ ਪਈ ਹੋਈ ਰਾਤ ਹੈ ਉਹ ਨਹੀਂ ਮੁੱਕਦੀ, ਉਹ ਟੁੱਟੇ ਹੋਏ ਰਹਿਣ ਦੀ ਰਿਪੇਅਰ ਵੀ ਨਹੀਂ ਹੁੰਦੀ। ਕਹਿਣ ਲੱਗੇ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਮਨੁੱਖ ਇੰਨੀ ਗੱਲ 'ਤੇ ਸਮਝਦਾ ਹੈ ਕਿ ਰੱਬ ਅੰਦਰ ਹੈ, ਮਿਲਾਪ ਕਿਉਂ ਨਹੀਂ? ਇਹਦੀ ਰੁਕਾਵਟਾਂ ਵੀ ਗੁਰੂ ਦੱਸ ਰਹੇ ਨੇ, ਵਾਰ ਵਾਰ ਕਹਿ ਰਹੇ ਨੇ। ਇੱਕ ਰੁਕਾਵਟ ਇਹ ਹੈ ਕਿ ਮਾਰਗ ਪੰਥ ਨਾ ਜਾਣੋ ਵਿਖੜਾ, ਉਹ ਮਾਰਗ ਫਿਰ ਵੀ ਆ ਜਾਂਦਾ ਸਿਧਾਂਤ ਪੰਥ। ਉਹਦਾ ਸਿਧਾਂਤ ਨੂੰ ਕੌਣ ਜਾਣੇ, ਸਮਝਣਾ ਔਖਾ। ਅਗਿਆਨਤਾ ਦੀ ਅੰਧੇਰੀ ਰਾਤ ਵੀ ਹੈ, ਉਹ ਵੀ ਅੰਦਰ ਹੈ ਬਾਹਰ ਨਹੀਂ, ਬਾਹਰਲੀ ਰਾਤ ਤਾਂ ਮੁੱਕ ਜਾਂਦੀ। ਮੈਂ ਹੁਣ ਅਰਜ਼ ਕੀਤੀ ਸੀ ਅੰਦਰਲੀ ਰਾਤ ਨਹੀਂ ਮੁੱਕ ਰਹੀ। ਕਹਿਣ ਲੱਗੇ ਇੱਕ ਗੱਲ ਪਛਾਣ ਵੀ ਜੇ ਰੱਬ ਅੰਦਰ ਹੈ ਤੇ ਰੁਕਾਵਟਾਂ ਵੀ ਅੰਦਰ ਹੀ ਨੇ। ਆ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ, ਜੇ ਰੱਬ ਅੰਦਰ ਹੈ ਤਾਂ ਬਾਹਰੋਂ ਭਾਵਨਾ ਛੱਡ ਦੇ ਇੱਕ ਚੀਜ਼, ਤੇ ਜੇ ਰੱਬ ਅੰਦਰ ਹੈ ਅੰਦਰਲੀਆਂ ਰੁਕਾਵਟਾਂ ਦੂਰ ਕਰ, ਬਾਹਰਲੀਆਂ ਰੁਕਾਵਟਾਂ ਦੂਰ ਕਰਨ ਦਾ ਵੀ ਕੋਈ ਫਾਇਦਾ ਨਹੀਂ। ਅੰਦਰ ਜੇ ਤੇਰਾ ਹੈ ਤਾਂ ਉਹ ਅਗਿਆਨਤਾ ਦੂਰ ਕਰ, ਜੇ ਅੰਦਰ ਤੇਰਾ ਸਿਧਾਂਤ ਦੁਬਿਧਾ ਵਿੱਚ ਪਿਆ ਹੋਇਆ ਵਿਖੜਾ ਹੈ ਟੁੱਟਿਆ ਹੋਇਆ ਰਾਹ ਹੈ ਤਾਂ ਉਹਨੂੰ ਏਕਤਾ ਵਿੱਚ ਜੋੜ, ਤੇਰੇ ਦ੍ਰਿੜਤਾ ਹੋਵੇ। ਕਿ ਅੰਦਰ ਦੇ ਰਸਤੇ ਰਿਪੇਅਰ ਕਰਨੇ ਨੇ, ਅੰਦਰ ਦਾ ਅੰਧੇਰਾ ਦੂਰ ਕਰਨਾ ਹੈ, ਤੂੰ ਬਾਹਰਲੇ ਅੰਧੇਰੇ ਤੇ ਬਾਹਰਲੇ ਰਸਤਿਆਂ ਦੀ ਗੱਲ ਕਰਨਾ, ਤੇ ਇਹ ਕਹਿਣਾ ਰੱਬ ਅੰਦਰ ਹੈ। ਦੋਨੋਂ ਗੱਲਾਂ ਇਕੱਠੀ ਕਰ, ਜੇ ਤਾਂ ਤੈਨੂੰ ਪਤਾ ਵੀ ਰੱਬ ਅੰਦਰ ਹੈ ਫਿਰ ਅੰਦਰ ਦੇ ਰਸਤਿਆਂ ਦੀ ਨੂੰ ਰਿਪੇਅਰ ਕਰ, ਉਹ ਦੁਬਿਧਾ ਚੰਗਾ ਰਹੇਗਾ। ਜੇ ਤੈਨੂੰ ਪਤਾ ਰੱਬ ਅੰਦਰ ਹੈ ਤੇ ਫਿਰ ਨਹੀਂ ਮਿਲ ਰਿਹਾ ਤੇ ਉਹ ਅਗਿਆਨਤਾ ਦਾ ਅੰਧੇਰਾ ਦੂਰ ਕਰ, ਉਹ ਅੰਦਰਲੀ ਰਾਤ ਖਤਮ ਹੋਵੇ। ਇਹ ਠੀਕ ਹੈ ਕਿ ਤੇਰਾ ਰੱਬ ਨਾਲ ਪਿਆਰ ਹੈ, ਤੂੰ ਇਸੇ ਲਈ ਤਾਂ ਆਖਣਾ ਨਾ ਰੱਬ ਅੰਦਰ ਹੈ, ਇਹ ਮੰਨਦਾ ਹੈ, ਸਤਸੰਗ ਵਿੱਚ ਵੀ ਜਾਣਾ, ਤੀਰਥਾਂ 'ਤੇ ਵੀ ਜਾਣਾ, ਪਰ ਜਾਂਦਾ ਤਾਂ ਇਸੇ ਲਈ ਹੈ ਨਾ, ਰੱਬ ਨਾਲ ਤੇਰੀ ਕੋਈ ਸਾਂਝ ਹੈ, ਅਤੇ ਫਿਰ ਕਿਉਂ ਨਹੀਂ ਮਿਲਦੇ, ਉਹਦੇ ਗੁਣ ਵੀ ਗਾਉਣਾ। ਗੁਰੂ ਕਹਿਣ ਲੱਗੇ ਸਾਜਨ ਦੇਸ ਵਿਦੇਸ਼ੀਏ ਦੇ ਸੁਨੇੜੇ ਦਿੰਦੀ, ਕਿਉਂ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਬਹਿੰਦੀ, ਉਹਨੂੰ ਯਾਦ ਕਰਦੀ ਅੱਖੋਂ ਭਰਦੀ ਮਨ ਅੰਦਰ ਵੈਰਾਗ ਆਉਂਦਾ ਹੈ, ਕਿਉਂ ਮੁੰਦ ਨੈਣ ਬਹਿੰਦੀ ਗੁਣ ਸਰਿੰਦੀ, ਉਹਦੇ ਗੁਣਾਂ ਨੂੰ ਯਾਦ ਕਰਦੀ। ਇਹ ਚਾਹਤ ਵੀ ਹੈ ਕਿਉਂ ਕਰ ਮਿਲਾ ਪਿਆਰੇ ਰੱਬ ਨੂੰ, ਕਿਵੇਂ ਪ੍ਰੀਤਮ ਨੂੰ ਕਿਉਂ ਕਿਵੇਂ ਮਿਲਾ, ਹੈ ਅੰਦਰ ਬੈਠਾ ਤੇ ਸੋਚੀ ਜਾਂਦੀ ਹੈ ਕਿਵੇਂ ਮਿਲਾ। ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਏ ਫਿਰ ਪਾਈਏ ਆਰੇ, ਹੁਣ ਅੱਗੇ ਲਈ ਪੜੋ ਜਵਾਬ ਕਿੱਡਾ ਹੋ ਸਕਦਾ।
ਇਸ ਸਵਾਲ ਦਾ ਹੱਲ ਕੀਤਾ ਨੇ। ਕਹਿਣ ਲੱਗੇ ਜਿਹੜਾ ਵਿਛੋੜਾ ਵਿਖੜੇ ਰਹਾਂ ਕਰਕੇ ਹੈ, ਜਿਹੜਾ ਵਿਛੋੜਾ ਅੰਧੇਰੇ ਕਰਕੇ ਹੈ, ਲੈ ਆ ਇਹਦਾ ਸਾਧ ਰਹੇ ਹੈ, ਰੱਬ ਅੰਦਰ ਹੀ ਹੈ, ਤੁਹਾਨੂੰ ਬਾਹਰ ਭਾਲਣ ਦੀ ਲੋੜ ਨਹੀਂ, ਬਾਹਰ ਢੁੰਡਣ ਦੀ ਲੋੜ ਨਹੀਂ। ਕਹਿਣ ਲੱਗੇ ਇਹਦਾ ਜਵਾਬ ਇੱਕ ਲਾਈਨ ਵਿੱਚ ਹੈ, ਉਹ ਇਹ ਸਤਿਗੁਰ ਸ਼ਬਦ ਮਿਲੇ ਵਿਛੁਨੀ। ਜਿਹੜੀ ਵਿਛੜੀ ਹੋਈ ਜੀਵ ਆਤਮਾ ਹੈ, ਜੇ ਉਹਨੂੰ ਪਤਾ ਹੈ ਰੱਬ ਅੰਦਰ ਹੈ, ਤੇ ਫਿਰ ਰੁਕਾਵਟ ਪੈ ਰਹੀ ਹੈ ਵਿਖੜੇ ਰਾਹਾਂ ਦੀ, ਅੰਧੇਰੇ ਦੀ, ਤਾਂ ਉਹਦਾ ਜਵਾਬ ਇੱਕੋ ਹੈ ਕਿ ਸਤਿਗੁਰੂ ਦੇ ਸ਼ਬਦ ਨਾਲ ਉਹ ਵਿਛੜੀ ਹੋਈ ਆਤਮਾ ਮਿਲ ਸਕਦੀ ਹੈ, ਕਿਉਂਕਿ ਸ਼ਬਦ ਨੇ ਹੀ ਅੰਦਰੋਂ ਦੁਬਦਾ ਗਵਾਉਣੀ, ਸ਼ਬਦ ਨੇ ਹੀ ਅੰਦਰ ਦਿਨ ਚੜਾਉਣੇ, ਗਿਆਨ ਦਾ ਪ੍ਰਕਾਸ਼ ਕਰਾਉਣਾ। ਕਹਿਣ ਲੱਗੇ ਕਿ ਸਤਿਗੁਰੂ ਦੇ ਸਾਹਮਣੇ, ਸਤਿਗੁਰੂ ਦੇ ਸ਼ਬਦ ਦੇ ਸਾਹਮਣੇ ਤਨ ਮਨ ਭੇਟ ਕਰ ਦੇਵੇ। ਤਨ ਮਨ ਦਾ ਕੀ ਹੈ, ਮੇਰੇ ਵਿਚਾਰ ਵੀ ਹੁਣ ਆਪਣੇ ਨਹੀਂ, ਇਹ ਮੇਰੇ ਗੁਰੂ ਤੇਰੇ ਨੇ, ਮੇਰੇ ਵਿਹਾਰ ਵੀ ਹੁਣ ਆਪਣੇ ਨਹੀਂ, ਇਹ ਗੁਰੂ ਤੇਰੇ ਨੇ। ਗੁਰੂ ਕਹਿੰਦੇ ਨੇ ਇਹਦਾ ਹੈ ਤਨ ਅਤੇ ਮਨ, ਕਿਉਂਕਿ ਮਨ ਵਿੱਚ ਵਿਚਾਰ ਹੁੰਦੇ ਨੇ, ਤਨ ਵਿੱਚ ਵਿਹਾਰ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਸਤਿਗੁਰ ਸ਼ਬਦ ਮਿਲੇ ਵਿਛੁਨੀ, ਤਨ ਮਨ ਆਗੇ ਰੱਖੇ। ਪਛਾਣ ਦੀ ਵਿਦੇਸ਼ੀ ਨੇ ਸੁਨੇੜੇ ਕਿਉਂ ਦੇਣੀ ਹੈ, ਸਾਜਣ ਤਾਂ ਦੇਸ਼ ਵਿੱਚ ਹੈ, ਅੰਦਰ ਹੈ, ਬਾਹਰ ਕਿਉਂ ਭਾਲਣੀ ਹੈ। ਗੁਰੂ ਨੇ ਬਾਰ ਬਾਰ ਇੱਕ ਗੱਲ ਸਮਝਾਈ, ਬਾਹਰ ਢੂੰਡਣ 'ਤੇ ਛੂਟ ਭਰੀ, ਗੁਰ ਘਰ ਹੀ ਮਾਏ ਦਿਖਾਇਆ ਥਾ। ਕਹਿਣ ਲੱਗੇ ਬਾਹਰ ਕਿਉਂ ਢੂੰਡਣੀ ਹੈ ਇੱਕ ਚੀਜ਼, ਦੂਜਾ ਅੰਦਰ ਦੀਆਂ ਰੁਕਾਵਟਾਂ ਦੂਰ ਕਰ। ਉਹਨਾਂ ਰੁਕਾਵਟਾਂ ਦੀ ਦੂਰ ਕਰਨ ਦਾ ਤਰੀਕਾ ਇੱਕੋ ਹੈ ਕਿ ਸਤਿਗੁਰ ਸ਼ਬਦ ਦੀ ਮਿਲੇ ਵਿੱਚ ਉਨੀ ਤਨ ਮਨ ਅੱਗੇ ਰੱਖ ਕੇ, ਸਤਿਗੁਰੂ ਦੇ ਸ਼ਬਦ ਨਾਲ ਵਿਛੜੀ ਹੋਈ ਜੀਵ ਆਤਮਾ
ਪ੍ਰੀਤਮ ਨਾਲ ਮਿਲ ਸਕਦੀ ਹੈ ਜੇ ਉਹ ਸ਼ਬਦ ਦੇ ਸਾਹਮਣੇ ਆਪਣਾ ਤਨ ਮਨ ਭੇਟ ਕਰ ਦੇਵੇ, ਭਾਵ ਆਪਣੇ ਵਿਚਾਰ ਅਤੇ ਵਿਹਾਰ ਸ਼ਬਦ ਦੇ ਅਧੀਨ ਕਰ ਦੇਵੇ। ਇਹਨਾਂ ਸ਼ਬਦਾਂ ਨਾਲ ਵਾਦਾ ਜਾ ਚੁੱਕਾ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਭਇਆ ਮੇਰੀ ਮਾਂ ਸਤਿਗੁਰੂ।